ਨਾਮ ਜਦਕਿ ਪੱਤਰ ਕਲੀਅਰ ਹੋਣ ਤੋਂ ਬਾਅਦ ਸਾਰੀ ਪਾਰਟੀਆਂ ਦੇ ਉਮੀਦਵਾਰ ਪਟਿਆਲਾ 'ਚ ਚੁਣਾਵ ਪ੍ਰਚਾਰ ਕਰਦੇ ਦਿਖੇ। ਕੋਈ ਘਰ ਘਰ ਜਾ ਕੇ ਆਪਣਾ ਪ੍ਰਚਾਰ ਕਰ ਰਿਹਾ ਸੀ ਅਤੇ ਕੋਈ ਦਫ਼ਤਰ ਦਾ ਉਦਘਾਟਨ ਕਰਕੇ ਪ੍ਰਚਾਰ ਸ਼ੁਰੂ ਕਰ ਰਿਹਾ ਸੀ। ਹਰ ਕੋਈ ਆਪਣੀ ਪਾਰਟੀ ਦੇ ਵੱਲੋਂ ਕੀਤੇ ਕੰਮਾਂ ਨੂੰ ਲੈ ਕੇ ਲੋਕਾਂ ਤੱਕ ਪਹੁੰਚ ਕੇ ਵੋਟ ਮੰਗ ਰਿਹਾ ਸੀ। ਜਿੱਦਾਂ ਹੁਣ ਸਾਰੇ ਕੰਮ ਹੁਣ ਤੱਕ ਮਾਲਵਿੰਦਰ ਸਿੰਘ ਜੀ ਨੇ ਕੀਤੇ ਨੇ ਪਿਛਲੇ 10 ਸਾਲਾਂ ਤੋਂ, ਸੜਕਾਂ, ਸੀਵਰੇਜਿਸ, ਲਾਈਟਸ, ਸਾਰਾ ਕੁਛ ਹੋਇਆ, ਤਾਂ ਹੁਣ ਸਾਨੂੰ ਅੱਗੋਂ ਵੀ ਇਹੀ ਆਸ ਹੈ ਕਿ ਸਾਰੇ ਸੰਗਤ ਖੁਸ਼ ਹੈ ਸਾਡੇ ਤੋਂ, ਸਾਨੂੰ ਹੁਣ ਫਿਰ ਇੱਕ ਵਾਰੀ ਜਿੱਤ ਪ੍ਰਾਪਤ ਹੋਏਗੀ ਅਤੇ ਜਿਹੜੇ ਰਹਿੰਦੇ ਕੰਮ ਨੇ ਅਸੀਂ ਉਹ ਕਰਾਂਗੇ ਅੱਗੋਂ ਵੀ ਅਤੇ ਇਹਨਾਂ ਦੀ ਸੇਵਾ 'ਚ ਹਮੇਸ਼ਾ ਹਾਜ਼ਰ ਰਹਾਂਗੇ। ਅਸੀਂ ਚੁਣਾਵ ਪ੍ਰਚਾਰ ਜਿਹੜਾ ਕਰ ਰਹੇ ਹਾਂ ਆਪਣੇ ਮੁੱਦਿਆਂ ਨੂੰ ਲੈ ਕਰ ਰਹੇ ਹਾਂ, ਸਰਕਾਰ ਦੀ ਡਿਵੈਲਪਮੈਂਟ ਲੈ ਕਰਾਂਗੇ ਜੋ ਮਹਾਰਾਜ ਸਾਹਿਬ ਅਨਾਊਂਸਮੈਂਟ ਕੀਤੀ ਹੈ। 1000 ਕਰੋੜ ਰੁਪਇਆ ਮਹਾਰਾਜ ਸਾਹਿਬ ਨੇ ਸਾਨੂੰ ਉਹਦੇ ਦਿੱਤਾ ਪਟਿਆਲੇ ਲਈ ਅਤੇ 60 ਕਰੋੜ ਰੁਪਇਆ ਸੜਕਾਂ ਲਈ ਦਿੱਤਾ, 45 ਕਰੋੜ ਰੁਪਏ ਟਿਊਬਲਾਂ ਲਈ ਦਿੱਤਾ ਸਾਨੂੰ। ਅਸੀਂ ਉਹ ਆਪਣੀਆਂ ਜੋ ਮਹਾਰਾਜ ਸਾਹਿਬ ਦੀ ਉਪਲਬਧੀਆਂ ਸਾਡੀ ਸਰਕਾਰ ਦੇ ਡਿਵੈਲਪਮੈਂਟ ਦੇ ਮੁੱਦੇ ਨੇ ਅਸੀਂ ਲੋਕਾਂ ਕੋਲ ਲੈ ਕੇ ਜਾ ਰਹੇ ਹਾਂ। ਉਹ ਨਹੀਂ, ਅਸੀਂ ਮੀਟਿੰਗਾਂ ਦੌਰ ਕਰਾਂਗੇ, ਸਾਨੂੰ 1-2 ਮੀਟਿੰਗਾਂ ਮਹਾਰਾਜ ਸਾਹਿਬ ਵੀ ਦੇਣਗੇ, ਨਵਜੋਤ ਸਿੱਧੂ ਜੀ ਵੀ ਆਣਗੇ, ਹਰਦਿਆਲ ਜੀ ਸਾਡੇ ਇੰਚਾਰਜ ਨੇ, ਉਰੇ ਪਟਿਆਲਾ ਸਾਡੇ ਵਾਰਡ ਦੇ ਲਾਏ ਮਹਾਰਾਜ ਸਾਹਿਬ ਨੇ ਅਤੇ ਸਾਡੀ ਉਹਨਾਂ ਨਾਲ ਕੱਲ੍ਹ ਰਾਤ ਮੀਟਿੰਗ ਹੋਈ ਹੈ ਅਤੇ ਅੱਗੇ ਜੋ ਵੀ ਅੱਜ ਸ਼ਾਇਦ 10 ਤੋਂ ਘੱਟ ਵੀ ਅੱਜ ਕਰਨ ਆਣਗੇ, ਉਹ ਟਾਈਮ 5:30 ਵਜੇ ਸ਼ਾਇਦ ਹੋ। ਪਟਿਆਲਾ ਤੋਂ ਬਲਿੰਦਰ ਬਿੰਨੀ ਦੀ ਰਿਪੋਰਟ, ਚੈਨਲ 2।